ਮੈਂ ਸ਼ਬਦੇ ਬਖਤਿ ਕਰਾਤੀ ਆਸ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਤੇ ਜੁੜ ਬੈਠੇ ਇਸ ਨੂੰ ਖਾਲਸਾ ਜੀ ਆਓ ਪਤਾ ਚਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਡਮ ਜੀ ਨੂੰ ਹਦਾਇਤ ਕਰਦੀ ਪਹਿਲਾਂ ਕਿ ਘੱਟ ਤੋਂ ਘੱਟ ਸਮੇਂ ਦੇ ਵਿੱਚ ਗੱਲ ਕਰਨੀ ਹੈ। ਗੱਲਾਂ ਦੇ ਬਹੁਤ ਸੀ ਤੇ ਜਿੰਨੇ ਮੇਰੇ ਅੰਦਰ ਗੱਲਾਂ ਨੇ ਉਹਦੇ ਮੈਨੂੰ ਸਮਾਂ ਬਹੁਤ ਚਾਹੀਦਾ, ਪਰ ਮੈਂ ਥੋੜ੍ਹੀ ਜਿਹੀ ਗੱਲ ਕਰਕੇ ਕਿਉਂਕਿ ਸਮੇਂ ਦੀ ਨਜ਼ਾਕਤ ਨੂੰ ਸਮਝ ਰਿਹਾ ਆਪਣੀ ਗੱਲ ਨੂੰ ਸੰਕੋਚਾਂ ਨਾਲ। ਇਸ ਸਕੂਲ ਦੇ ਵਿੱਚ ਜਦੋਂ ਵੀ ਅਸੀਂ ਆਉਂਦੇ ਹਾਂ ਤੇ ਸੱਚੀ ਗੱਲ ਦਾ ਕਿ ਸਾਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਅਸੀਂ ਤੀਰਥ ਯਾਤਰਾ ਕਰ ਰਹੇ ਹੋਈਏ। ਕਿਉਂ? ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਇਹ ਸੱਚੀ ਗੱਲ ਆ ਕਿ ਇਹ ਇੱਕ ਸੱਚਮੁੱਚ ਵਿਦਿਆ ਦਾ ਮੰਦਰ। ਕਿਉਂ ਵਿਦਿਆ ਦਾ ਮੰਦਰ? ਸਕੂਲ ਤੇ ਬਹੁਤ ਸਾਰੇ ਨੇ। ਮੈਂ ਤਰਨ ਤਾਰਨ ਡਿਸਟ੍ਰਿਕਟ ਦੇ ਪ੍ਰਾਈਵੇਟ ਸਕੂਲਾਂ ਦਾ ਜ਼ਿਲ੍ਹਾ ਪ੍ਰਧਾਨ, ਸੈਂਕੜੇ ਸਕੂਲਾਂ ਦੇ ਵਿੱਚ ਰੋਜ਼ ਜਾਂਦੇ ਹਾਂ ਅਸੀਂ। ਮੇਰੇ ਨਾਲ ਸਰਦਾਰ ਸਕੱਤਰ ਸਿੰਘ ਜੀ ਬੈਠੇ ਨੇ, ਬੋਰਡ ਦੇ ਪੰਜਾਬ ਐਜੂਕੇਸ਼ਨ ਬੋਰਡ ਦੇ ਅਕਾਦਮਿਕ ਕੌਂਸਲ ਦੇ ਮੈਂਬਰ ਨੇ, ਉਹਨਾਂ ਦੇ ਨਾਲ ਸਰਦਾਰ ਸੁਖਜਿੰਦਰ ਸਿੰਘ ਜੀ ਬੈਠੇ ਨੇ, ਪਹਿਲਾਂ ਇਹ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਸੀਗੇ, ਹੁਣ ਇਹ ਸੂਬਾ ਕਮੇਟੀ ਦੇ ਵਿੱਚ ਫਾਇਨਾਂਸ ਸੈਕਟਰ। ਸੋ ਅਸੀਂ ਸਾਰੇ ਪੰਜਾਬ ਦੇ ਤਰਨ ਤਾਰਨ ਦੇ ਸਕੂਲਾਂ ਦੇ ਵਿੱਚ ਜਾਂਦੇ ਹੀ ਜਾਂਦੇ ਹਾਂ, ਪੰਜਾਬ ਦੇ ਵੀ ਬਹੁਤ ਸਾਰੇ ਸਕੂਲਾਂ 'ਚ ਅਸੀਂ ਜਾਂਦੇ ਹਾਂ ਵਿੱਚ। ਬਹੁਤ ਚੋਣਵੇਂ ਸਕੂਲ ਨੇ ਜਿਹੜੇ ਸੱਚਮੁੱਚ ਵਿੱਦਿਆ ਨੂੰ, ਐਜੂਕੇਸ਼ਨ ਨੂੰ, ਬੱਚਿਆਂ ਨੂੰ, ਬੱਚਿਆਂ ਦੇ ਭਵਿੱਖ ਨੂੰ ਸਮਰਪਿਤ ਨੇ, ਔਰ ਇਹ ਉਹਨਾਂ ਵਿੱਚੋਂ ਇੱਕ ਬੱਚੇ। ਮੈਂ ਸਮਝਦਾ ਜਿੰਨੀ ਕੁ ਮੇਰੀ ਆਪਣੀ ਤੁਸ਼ਮਤੀ ਹੈ ਕਿ ਮਾਲਵੇ ਦੇ ਵਿੱਚ ਮਾਝੇ ਨਾਲੋਂ ਪੜ੍ਹਾਈ ਦਾ ਕਿਤੇ ਜ਼ਿਆਦਾ ਲੋਕਾਂ ਨੂੰ ਇਹਦੀ ਵੈਲਿਊ ਹੈ। ਅਸੀਂ ਆਉਂਦੇ ਰਹਿੰਦੇ ਹਾਂ, ਮਾਝੇ ਦੇ ਵਿੱਚ ਲੋਕ ਖਾੜਕੂ ਜ਼ਿਆਦਾ ਨੇ ਅਤੇ ਪੜ੍ਹਾਕੂ ਜ਼ਿਆਦਾ ਨੇ, ਮੈਂ ਮਹਿਸੂਸ ਕਰਦਾ। ਔਰ ਸਰਦਾਰ ਗੁਰਮਿੰਦਰ ਸਿੰਘ ਜੀ ਨੇ ਪਹਿਲਾਂ ਮਾਝੇ ਦੇ ਵਿੱਚ ਇੱਕ ਬੀਜ ਬੀਜੇ ਐਜੂਕੇਸ਼ਨ ਦਾ, ਢਿੱਲੋਂ ਸਾਹਿਬ ਨਾਲ ਉਹਨੂੰ ਇੱਕ ਰੁੱਖ ਦੀ ਸ਼ਕਲ ਤੱਕ ਉਹਨੂੰ ਲੈ ਕੇ ਗਏ। ਆਈਟੀ ਕਾਲਜ ਭਗਵਾਨਪੁਰਾ 'ਚ ਅੱਜ ਵੀ ਬਹੁਤ ਵਧੀਆ ਚੱਲਦਾ, ਹਜ਼ਾਰਾਂ ਬੱਚੇ ਪੜ੍ਹਦੇ ਨੇ। ਪਰ ਮੈਂ ਮਹਿਸੂਸ ਕਰ ਰਿਹਾ ਸੀ ਕਿ ਇੱਕ ਸਿਆਣਾ ਕਿਸਾਨ ਵੀ ਬੀਜ ਉੱਥੇ ਪਾਉਂਦਾ ਵਾ ਜਿੱਥੇ ਜ਼ਮੀਨ ਉਪਜਾਊ ਹੋਵੇ। ਰੱਕੜ ਬੰਜਰ ਜ਼ਮੀਨ ਦੇ ਵਿੱਚ ਕੋਈ ਬੀਜ ਨਹੀਂ ਪਾਉਂਦਾ। ਇਹਨਾਂ ਨੇ ਮਹਿਸੂਸ ਕੀਤਾ ਕਿ ਇਹ ਜ਼ਰਖੇਜ਼ ਜ਼ਮੀਨ ਆ ਮਾਲਵੇ ਦੀ, ਜਿੱਥੇ ਬੱਚਿਆਂ ਨੂੰ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਕਿਸੇ ਮੁਕਾਮ ਤੇ ਪਹੁੰਚਾਇਆ ਜਾ ਸਕੇ। ਔਰ ਅੱਜ ਇਹ ਆਪਣੇ ਇਸ 2016-17 ਦੇ ਲਾਏ ਹੋਏ ਬੂਟੇ ਦੀ ਛਾਵੇਂ ਬੈਠਦੇ ਨੇ, ਤੁਸੀਂ ਸਾਰੇ ਦੇਖ ਰਹੇ ਹੋ, ਤੁਹਾਡੀ ਅੱਖੀ ਲੱਗਾ ਹੋਇਆ ਬੂਟਾ ਅੱਜ ਰੁੱਖ ਦੀ ਸ਼ਕਲ ਧਾਰਨ ਕਰ ਰਿਹਾ। ਔਰ ਜਿਵੇਂ ਸਰਦਾਰ ਸਚਦੇਵ ਸਿੰਘ ਜੀ ਨੇ ਦੱਸਿਆ ਕਿ ਸਮੇਂ ਦੇ ਹਾਣੀ ਬਣਨ ਵਾਸਤੇ ਨਵੀਆਂ ਨਵੀਆਂ ਟੈਕਨੀਕਸ ਜਿਹੜੀਆਂ ਉਹ ਲਾਗੂ ਕਰਨੀਆਂ ਬੜੀਆਂ ਜ਼ਰੂਰੀ ਹੈ ਐਜੂਕੇਸ਼ਨ ਦੇ ਫੀਲਡ ਦੇ ਵਿੱਚ, ਖਾਸ ਤੌਰ 'ਤੇ ਕਿਉਂਕਿ ਜਿਹੜੇ ਤੁਹਾਡੇ ਛੋਟੇ ਬੱਚੇ ਨੇ ਇਹਨਾਂ ਨੂੰ ਅਸੀਂ ਪੜ੍ਹਾ ਰਹੇ ਹਾਂ ਜਿਹੜੇ ਅਸੀਂ 1970 ਦੇ ਜਾਂ 65 ਦੇ ਜੰਮੇ। ਇਹ ਬੱਚੇ 2005 ਦੇ, 10 ਦੇ ਜਾਂ 15 ਦੇ ਪੈਦਾ ਹੋਏ, ਇਹਨਾਂ ਨੂੰ ਤਾਂ ਨਵੀਆਂ ਟੈਕਨੀਕਸ ਚਾਹੀਦੀਆਂ ਨੇ। ਇਹਨਾਂ ਨੂੰ ਅਸੀਂ ਪੜ੍ਹਾਉਣ ਵਾਸਤੇ ਜੇ ਸੱਚ ਪੁੱਛਦੇ ਅਸੀਂ ਆਊਟਡੇਟਡ ਹੋ ਗਏ, ਅਸੀਂ ਉਹ ਇਹਨਾਂ ਵਾਸਤੇ ਯੋਗ ਨਹੀਂ ਰਹਿ ਗਏ। ਇਹਨਾਂ ਵਾਸਤੇ ਯੋਗ ਬਣੇ ਰਹਿਣ ਲਈ ਸਾਨੂੰ ਨਵੀਆਂ ਚੀਜ਼ਾਂ ਲੈ ਕੇ ਆਉਣੀਆਂ ਪੈਣੀਆਂ ਕਿਉਂਕਿ ਜ਼ਮਾਨਾ ਬਦਲ। ਮੈਂ ਥੋੜ੍ਹੀ ਜਿੰਨੀ ਗੱਲ ਕਰਕੇ ਸਮਾਪਤੀ ਕਰਾਂਗਾ ਕਿਉਂਕਿ ਬਾਕੀ ਭਰਾਵਾਂ ਨੇ ਬੋਲਣਾ। ਸਰਦਾਰ ਮਨਵਿੰਦਰ ਸਿੰਘ ਜੀ, ਇਹਨਾਂ ਦੀ ਸਮੁੱਚੀ ਫੈਮਿਲੀ, ਸਰਦਾਰ ਗੁਰਦਾਰ ਸਿੰਘ ਜੀ ਬੈਠੇ ਨੇ ਸਾਡੇ ਸਤਿਕਾਰਯੋਗ, ਇਹਨਾਂ ਦੇ ਪਿਤਾ ਜੀ, ਇਹਨਾਂ ਦੇ ਬ੍ਰਦਰ, ਇਹਨਾਂ ਦੇ ਮਿਸਿਜ਼ ਮੈਡਮ ਗੁਰਪ੍ਰੀਤ ਕੌਰ ਜੀ, ਸਰਦਾਰ ਸੁਖਦੇਵ ਸਿੰਘ ਜੀ, ਮੈਡਮ ਮਨਪ੍ਰੀਤ ਕੌਰ ਜੀ, ਸਾਰੇ ਟੋਟਲ ਪਰਿਵਾਰ ਜਿਹੜਾ ਇਹ ਸਮਰਪਿਤ ਹੈ ਐਜੂਕੇਸ਼ਨ।
ਔਰ ਮਨਮਿੰਦਰ ਸਿੰਘ ਜੀ ਦੇ ਨਾਲ ਮੇਰੀਆਂ ਗੱਲਾਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤਾਂ ਸਾਡੀਆਂ ਇੱਕ ਘੰਟੇ ਤੋਂ ਤਾਂ ਕਦੀ ਗੱਲ ਹੁੰਦੀ ਨਹੀਂ ਪਾਉਂਦੀ। ਪਰ ਸੱਚ ਜਾਣਿਓ ਕਦੀ ਰਾਜਨੀਤੀ ਦੀ ਨਹੀਂ, ਕਦੀ ਧਰਮ ਦੀ ਨਹੀਂ, ਕਿਸੇ ਚੀਜ਼ ਦੀ ਗੱਲ ਨਹੀਂ ਕਰਦੇ, ਸਿਰਫ ਸਿਰਫ ਇਹਨਾਂ ਬੱਚਿਆਂ ਦੀ, ਬੱਚਿਆਂ ਦੇ ਭਵਿੱਖ ਦੀ ਗੱਲ ਕਰਦੇ। ਉਹਦੇ ਤਹਿਤ ਪਿਛਲੇ ਸਾਲ ਅਕਤੂਬਰ ਦੇ ਵਿੱਚ ਮੈਂ ਤੇ ਸਰਦਾਰ ਮਨਮਿੰਦਰ ਸਿੰਘ ਜੀ ਅਸੀਂ ਇੱਕ ਯਾਤਰਾ ਕੀਤੀ ਬੰਗਲੌਰ ਦੀ, ਜਿਹਦੇ ਵਿੱਚ ਵਰਲਡ ਕਲਾਸ ਲੈਵਲ ਦੇ ਜਿਹੜੇ ਸਟਾਰਟਅਪ ਸੀਗੇ ਉਹਨਾਂ ਨੇ ਉੱਥੇ ਪ੍ਰਦਰਸ਼ਨੀਆਂ ਲਗਾਈਆਂ ਸੀ। ਜਦੋਂ ਉੱਥੇ ਅਸੀਂ ਗਏ, ਮੈਂ ਮਹਾਰਾਜ ਦੇ ਹਜ਼ੂਰ 'ਚ ਗੱਲ ਕਰ ਰਿਹਾ, ਵਧਾ ਚੜਾ ਕੇ ਵੀ ਗੱਲ ਕਰ ਰਿਹਾ, ਗਏ ਤਾਂ ਜਿਹੜੀ ਸਾਡੀ ਦੋਵਾਂ ਦੀ ਕਨਵਰਸੇਸ਼ਨ ਸੀ ਉਹ ਇਹ ਸੀ ਕਿ ਸਾਨੂੰ ਹੁਣ ਪਤਾ ਲੱਗਾ ਕਿ ਦੁਨੀਆਂ ਕਿੱਥੇ ਵਸ, ਅਸੀਂ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਸਾਨੂੰ ਨਹੀਂ ਪਤਾ ਦੁਨੀਆਂ ਦੇ ਵਿੱਚ ਕੀ ਕੁਛ ਹੋ ਰਿਹਾ। ਪਰ ਉਸ ਚੀਜ਼ ਤੋਂ ਬਾਅਦ ਇਸ ਚੀਜ਼ ਦਾ ਬੀਜ ਰੱਖਿਆ ਗਿਆ, ਇਸ ਚੀਜ਼ ਦਾ ਨੀਂਹ ਪੱਥਰ ਰੱਖਿਆ ਗਿਆ। ਉਸ ਤੋਂ ਬਾਅਦ ਅੱਜ ਵੀ ਗੱਲ ਹੋ ਰਹੀ ਸੀਗੀ, ਸਰਦਾਰ ਮਨਮਿੰਦਰ ਸਿੰਘ ਨੇ ਦੱਸਿਆ ਕਿ ਇਹ ਉਦੋਂ ਤੋਂ ਬਾਅਦ ਆਈਡੀਆ ਆਇਆ ਤੇ ਇੱਥੇ ਜੋ ਬੰਗਲੌਰ ਦੇ ਵਿੱਚ ਅਸੀਂ ਵੇਖ ਕੇ ਆਏ ਹਾਂ ਵਰਲਡ ਕਲਾਸ ਲੈਵਲ ਦਾ ਐਜੂਕੇਸ਼ਨ ਦਾ ਸਟਾਰਟਅਪ ਵੇਖ ਕੇ ਸੈਟਅਪ ਵੇਖ ਕੇ ਆਇਆ, ਉਹਨੂੰ ਇਸਟੈਬਲਿਸ਼ਮੈਂਟ ਕਰਨ ਵਾਸਤੇ ਪਹਿਲਾਂ ਕਰ। ਸੋ ਇਹ ਤਾਂ ਜੀ ਸ਼ੁਰੂਆਤ ਆ, ਅਜੇ ਬਹੁਤ ਕੁਛ ਹੋਣਾ, ਤੁਹਾਡਾ ਸਾਥ ਚਾਹੀਦਾ ਵਾ। ਇਹ ਸੰਸੀਅਰਲੀ ਇਹ ਕੋਈ ਠੀਕ ਹੈ, ਹਰ ਕੋਈ ਆਪਣੀ ਇੱਕ ਰੋਜ਼ੀ ਰੋਟੀ ਦਾ ਇੱਕ ਸਾਧਨ ਹੁੰਦਾ, ਮੈਂ ਨਹੀਂ ਕਹਿੰਦਾ ਕਿ ਨਹੀਂ, ਪਰੰਤੂ ਮੁੱਖ ਸਾਧਨ ਦਾ ਇਹਨਾਂ ਦਾ ਐਜੂਕੇਸ਼ਨ ਪ੍ਰੋਵਾਈਡ ਕਰਨਾ ਤੁਹਾਡੇ ਬੱਚਿਆਂ ਨੂੰ, ਤੁਹਾਡੇ ਬੱਚਿਆਂ ਨੂੰ ਜ਼ਿੰਦਗੀ ਬਣਾਉਣਾ ਇਹਨਾਂ ਦਾ ਪਹਿਲਾ ਮੁੱਖ ਮਕਸਦ। ਬਾਕੀ ਚੀਜ਼ਾਂ ਬਾਕੀਆਂ ਨੇ, ਬਹੁਤ ਸਾਰੀਆਂ ਗੱਲਾਂ ਨੇ ਮੇਰੇ ਮਨ ਅੰਦਰ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਅੱਜ ਦੇ ਇਸ ਨਵੇਂ ਇਮਾਰਤ ਦੇ ਉਦਘਾਟਨ ਦੇ ਸੰਬੰਧ ਵਿੱਚ ਮੈਂ ਆਪਣੇ ਵੱਲੋਂ, ਆਪਣੀ ਸਮੁੱਚੀ ਟੀਮ ਵੱਲੋਂ ਇਹ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਦੇਣਾ। ਵਾਹਿਗੁਰੂ ਜੀ ਕਰਨ, ਕਿਰਪਾ ਕਰਨ, ਇਸ ਇਸੇ ਤਰ੍ਹਾਂ ਚੜ੍ਹਦੀਆਂ ਗੱਲਾਂ ਤਰੱਕੀਆਂ ਕਰਦਾ ਰਹੇ। ਤੁਹਾਡਾ ਸਾਥ ਬੜਾ ਜ਼ਰੂਰੀ, ਗੁਰੂ ਸਾਹਿਬ ਦਾ ਸਾਥ ਬੜਾ ਜ਼ਰੂਰੀ, ਇਸ ਤੋਂ ਬਿਨਾਂ ਇਹ ਚੀਜ਼ਾਂ ਪੋਸੀਬਲ ਨਹੀਂ। ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।